ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਵਿੱਚ ਲੁੱਟਪਾਟ ਕਰਨ ਵੇਲੇ 5 ਲੁਟੇਰੇ ਫਰੀਦਕੋਟ ਪੁਲਿਸ ਨੇ ਕਾਬੂ ਕੀਤੇ ਆ। ਇਹਨਾਂ ਦੇ ਕੋਲੋਂ ਦੀ ਇੱਕ ਕਾਰ, ਇੱਕ ਕੰਪਿਊਟਰ, 3 ਮੋਟਰਸਾਈਕਲ, 5 ਮੋਬਾਈਲ ਅਤੇ ਘਰਾਂ ਵਿੱਚੋਂ ਦੀ ਲੁੱਟ ਦਾ ਕੀਮਤੀ ਸਮਾਨ ਬਰਾਮਦ ਕੀਤਾ ਹੈ। ਇਹ ਲੁਟੇਰੇ ਫਰੀਦਕੋਟ ਪੁਲਿਸ ਦੇ ਲਈ ਸਿਰਦਰਦ ਬਣੇ ਹੋਏ ਸੀ। ਆਏ ਦਿਨ ਇਹ ਲੋਕਾਂ ਦੇ ਘਰਾਂ ਵਿੱਚ ਲੁੱਟਪਾਟ ਕਰਦੇ ਅਤੇ ਵੱਡੀ ਆਸਾਨੀ ਦੇ ਨਾਲ ਚੋਰੀ ਦੀ ਬਾਈਕ ਤੋਂ ਭੱਜ ਨਿਕਲਦੇ ਸੀ। ਪੁਲਿਸ ਨੇ ਇਹਨਾਂ ਨੂੰ ਫੜਿਆ ਅਤੇ ਇਹਨਾਂ ਨੂੰ ਰਿਮਾਂਡ 'ਤੇ ਹਾਸਲ ਕਰ ਹੋਰ ਪੁੱਛਤਾਛ ਵਿੱਚ ਜੁਟੇ ਹਨ ਅਤੇ ਇਸ ਦੇ ਨਾਲ ਹੀ ਪੁਲਿਸ ਨੂੰ ਇਸ ਗਿਰੋਹ ਦੇ ਹੋਰ ਬਦਮਾਸ਼ਾਂ ਦੀ ਤਲਾਸ਼ ਹੈ। ਇਹ ਸਭ 18 ਤੋਂ 22 ਸਾਲ ਦੀ ਉਮਰ ਦੇ ਲੁਟੇਰੇ ਹਨ। ਮੁਖਬਰ ਨੇ ਆ ਕੇ ਇਤਲਾਹ ਦਿੱਤੀ ਆ ਕਿ ਕੋਈ ਲੁੱਟਾਂ ਖੋਹਾਂ ਵਾਲਾ ਜਿਹੜਾ ਗਰੋਹ ਹੈਗਾ ਉਹ ਸ਼ਹਿਰ ਦੇ ਵਿੱਚ ਸਰਗਰਮ, ਜਿਸ 'ਤੇ ਨਾਕਾਬੰਦੀ ਕੀਤੀ ਗਈ ਅਤੇ ਨਾਕਾਬੰਦੀ ਦੌਰਾਨ ਜਿਹੜੇ ਹੈਗੇ ਆ 5 ਬੰਦੇ ਗ੍ਰਿਫਤਾਰ ਕੀਤੇ ਗਏ। FIR ਨੰਬਰ 2 ਰਜਿਸਟਰ ਕੀਤੀ ਗਈ ਆ, ਜਿਨ੍ਹਾਂ ਕੋਲੋਂ ਪੁੱਛਗਿੱਛ ਦੌਰਾਨ ਇੱਕ ਮਰੂਤੀ ਕਾਰ, 3 ਮੋਟਰਸਾਈਕਲ, 1 ਕੰਪਿਊਟਰ, 5 ਮੋਬਾਈਲ, 2 ਸਿਲੰਡਰ, 1 ਜੂਸਰ, 2 ਗ੍ਰੈਂਡਰ, 1 ਬੈਟਰੀ, 1 ਇਨਵਰਟਰ ਬਰਾਮਦ ਕੀਤਾ ਗਿਆ, ਜਿਹਦੀ ਕੁੱਲ ਕੀਮਤ 2.5 ਲੱਖ ਰੁਪਈਆ ਬਣਦੀ ਹੈਗੀ। ਕੋਟਕਪੁਰਾ ਤੋਂ ਤਸੀਮ ਚੋਪੜਾ ਦੀ ਰਿਪੋਰਟ, ਚੈਨਲ 2।